ਭਾਰਤ ਦੇ ਕੇਰਲ ਵਿੱਚ ਅਨੁਸੂਚਿਤ ਜਾਤੀ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਕੱਢੇ ਗਏ ਫੈਸਲੇ ਦੇ ਖਿਲਾਫ ਅਨੁਸੂਚਿਤ ਜਾਤੀ ਨੇ ਭਾਰਤ ਬੰਦ ਦੀ ਕੌਲ ਦਿੱਤੀ ਸੀ, ਜਿਸ ਦਾ ਅਸਰ ਬਾਜ਼ਾਰਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ। ਦੱਸ ਦਈਏ ਕਿ ਪਰ ਅਨੁਸੂਚਿਤ ਜਾਤੀ ਦੇ ਵੱਲੋਂ ਲੁਧਿਆਣਾ ਵਿੱਚ ਭਾਰਤ ਨਗਰ ਚੌਂਕ 'ਤੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਪ੍ਰਦਰਸ਼ਨ ਜ਼ਰੂਰ ਕੀਤਾ ਗਿਆ। ਦਰਅਸਲ ਸੁਪਰੀਮ ਕੋਰਟ ਵੱਲੋਂ ਰਾਜਾਂ ਨੂੰ ਐਸਸੀ ਐਸਟੀ ਸਮੂਹਾਂ ਦੇ ਅੰਦਰ ਉਪਸ਼੍ਰੇਣੀਆਂ ਬਣਾਉਣ ਦੀ ਅਨੁਮਤੀ ਦੇਣ ਦੇ ਫੈਸਲੇ ਨੇ ਕਈ ਸਮੂਹਾਂ ਦੇ ਵਿੱਚ ਬਹਿਸ ਅਤੇ ਵਿਵਾਦ ਨੂੰ ਚਰਮ ਦੇ ਦਿੱਤਾ। ਇਹੀ ਨਹੀਂ, ਦੂਸਰੀ ਤਰਫ ਵਾਲਮੀਕਿ ਸਮਾਜ ਵੱਲੋਂ ਵੀ ਐਡਵੋਕੇਟ ਨਰਿੰਦਰ ਆਦਿੱਤਿਆ ਨੇ ਪ੍ਰਦਰਸ਼ਨਕਾਰੀਆਂ ਦੇ ਵਿੱਚ ਸਾਹਮਣੇ ਹੀ ਉਹਨਾਂ ਦਾ ਵਿਰੋਧ ਕੀਤਾ। ਕਿਹਾ ਕਿ ਵਾਲਮੀਕਿ ਸਮਾਜ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕਰਦਾ ਹੈ। ਟੀਵੀ 13 ਇੰਡੀਆ ਦੇ ਲਈ ਬਿਊਰੋ ਰਿਪੋਰਟ। ਪਿਛਲੇ ਦਿਨੀ 1 ਅਗਸਤ ਨੂੰ ਜੋ ਸੁਪਰੀਮ ਕੋਰਟ ਦੇ 7 ਜੱਜਾਂ ਦੇ ਬੈਂਚਸ ਨੇ ਇੱਕ ਫੈਸਲਾ ਜਿਹੜਾ ਹੈਗਾ ਉਹ ਦਿੱਤਾ ਹੈਗਾ, ਉਹ ਫੈਸਲਾ ਜਿਹੜਾ ਹੈਗਾ ਪਾਰਲੀਮੈਂਟ ਦੇ ਵਿੱਚ ਪਾਸ ਹੋਣ ਤੋਂ ਬਿਨਾਂ 7 ਜੱਜਾਂ ਨੇ ਆਪਣੀ ਸੋਚ ਸਮਝ ਦੇ ਮੁਤਾਬਕ ਜਿਹੜਾ ਫੈਸਲਾ ਦਿੱਤਾ ਉਹ ਆਰਟੀਕਲ 341 ਔਰ 342 ਦੀ ਵਿਰੋਧਤਾ ਦੇ ਵਿੱਚ, ਉਹ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਦੇ ਕੰਮ ਕੀਤਾ ਉਹਨਾਂ 7 ਜੱਜਾਂ ਨੇ, ਔਰ ਆਪਸ ਵਿੱਚ ਹੀ ਜਿਹੜਾ ਭਾਈਚਾਰਕ ਸਾਡੀ ਸਾਂਝ ਹੈ ਸਮਾਜ ਦੇ ਅੰਦਰ ਉਹਨੂੰ ਜਿਹੜਾ ਹੈਗਾ ਖਤਮ ਕਰਨ ਦਾ ਇਹ ਕੰਮ ਉਹਨਾਂ ਜੱਜਾਂ ਨੇ ਕੀਤਾ ਆ। ਦੇਸ਼ ਦੇ ਰਾਸ਼ਟਰੀ ਪ੍ਰਧਾਨ ਮਾਨਯੋਗ ਭੈਣ ਕੁਮਾਰੀ ਮਾਇਆਵਤੀ ਜੀ ਜਿਨ੍ਹਾਂ ਨੇ ਇਸ ਜੱਜਸ ਦੇ ਫੈਸਲੇ 'ਤੇ ਸਰਚ ਕਰਕੇ ਔਰ ਇਹ ਅਪੀਲ ਵੀ ਕੀਤੀ ਸੀ ਸੁਪਰੀਮ ਕੋਰਟ ਨੂੰ ਵੀ ਇਹ ਜਿਹੜਾ 7 ਜੱਜਾਂ ਦਾ ਫੈਸਲਾ ਆ ਉਹਦੇ ਵਿੱਚ ਸੋਧ ਲਿਆਂਦਾ ਜਾਵੇ, ਫਿਰ ਮੁੜ ਤੋਂ ਸੰਵਿਧਾਨ ਨੂੰ ਧਿਆਨ 'ਚ ਰੱਖ ਕੇ ਇਹਨੂੰ ਫਿਰ ਤੋਂ ਲਾਗੂ ਕੀਤਾ ਜਾਵੇ। ਲੇਕਿਨ ਕੇਂਦਰ ਸਰਕਾਰ ਜਿਹੜੀ ਹੈਗੀ ਆ ਉਹ ਸੁੱਤੀ ਪਈ ਆ। ਪਾਰਲੀਮੈਂਟ ਜਿਹੜਾ ਹੈਗਾ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਆ ਇੱਕ ਅਦਾਲਤ ਹੁੰਦੀ ਆ, ਔਰ ਉਸ ਅਦਾਲਤ ਦੇ ਵਿੱਚ ਵੱਖ ਵੱਖ ਲੋਕ ਸਭਾ ਤੋਂ ਉਹਨਾਂ ਦੇ ਨੁਮਾਇੰਦੇ ਚੁਣ ਕੇ ਭੇਜੇ ਜਾਂਦੇ ਆ, ਔਰ ਉਹ ਆਪਣੀ ਆਪਣੀ ਕੰਸਟੀਟਿਊਸੀ ਲੋਕ ਸਭਾ ਦੇ ਦੁੱਖ ਤਕਲੀਫਾਂ ਦੀ ਜਿਹੜੀ ਗੱਲ ਕਰਦੇ ਆ। ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਜੱਜਾਂ ਨੇ ਜਿਹੜਾ ਫੈਸਲਾ ਲਿਆ ਉਸ ਨੂੰ ਵਾਪਸ ਲੈਣ, ਔਰ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਔਰ ਪਾਰਲੀਮੈਂਟ ਦੇ ਵਿੱਚ ਜਿਹੜਾ ਹੈਗਾ ਕੋਈ ਵੀ ਫੈਸਲਾ ਜਿਹੜਾ ਹੈਗਾ ਉਹਨੂੰ ਉੱਥੇ ਪਾਸ ਕੀਤਾ ਜਾਣਾ ਚਾਹੀਦਾ। ਧੰਨਵਾਦ। ਮੈਂ ਭਾਰਤ ਬੰਦ ਕਰਨ ਦਾ ਵਿਰੋਧ ਕਰਦਾ ਹਾਂ। ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਹੈ ਉਹ ਸਾਰੇ 6,742 ਜਾਤਾਂ ਨੂੰ ਉਹਦਾ ਕਬੂਲ ਹੈ। ਜੇ ਕੋਈ ਕੰਟੈਂਪਟ ਕਰੂੰਗਾ ਸੁਪਰੀਮ ਕੋਰਟ ਦੇ ਪਰਚਾ ਦਰਜ ਹੋਣਾ ਚਾਹੀਦਾ। ਔਰ ਸਫਾਈ ਸੇਵਾਦਾਰਾਂ ਵਿੱਚੋਂ ਪਰਿਵਾਰ 'ਚੋਂ ਹੈ, ਵਾਲਮੀਕ ਸਮਾਜ 'ਚੋਂ ਹੈ, ਔਰ ਮੇਰੇ ਮਾਂ ਨੇ ਲੋਕਾਂ ਦੇ ਘਰਾਂ ਵਿੱਚ ਝੜ ਫੇਰ ਕੇ ਮੈਨੂੰ ਵਕੀਲ ਬਣਾਇਆ। ਇਸ ਕਰਕੇ ਰੈਜ਼ਰਵੇਸ਼ਨ ਦੀ ਲੋੜ, ਰਾਖਵੇਂ ਕਰਨ ਦੀ ਲੋੜ ਸਿਰਫ ਵਾਲਮੀ ਮਨਵੀ ਸਮਾਜ ਨੂੰ ਆ। ਔਰ ਜਿਹੜੇ ਆ ਸਮਾਜ ਵਰਗੀਕਰਨ ਜਿਹੜਾ ਵਰਗ ਇਹ ਰੈਜ਼ਰਵੇਸ਼ਨ ਲੈ ਚੁੱਕਾ ਉਹਦੀ ਰੈਜ਼ਰਵੇਸ਼ਨ ਬੰਦ ਹੋ ਜਾਣੀ ਚਾਹੀਦੀ।